ਚਲੋ ਕੋਈ ਨਹੀਂ, ਲਓ ਜੀ ਹੋ ਗਏ ਜੇ ਪਰਾਂਠੇ ਤਿਆਰ। ਅਤੇ ਵੈਸੇ ਇੱਕ ਇੱਕ ਹੀ ਬੜਾ ਪਰ ਢਾਬਾ ਸਟਾਈਲ ਹੈ ਕਿਉਂਕਿ ਵੱਡਾ ਹੈ। ਗੱਲ ਇਹ ਹੈ ਵੀ ਹੁਣ ਉਹ ਬ੍ਰੰਚ ਹੈ ਇਹ। ਯਾ ਇਟਸ ਬ੍ਰੰਚ ਨਾਓ। ਯਾ ਐਂਡ ਹੁਣ ਅਸੀਂ ਸ਼ੁਰੂ ਕਰਦੇ ਹਾਂ ਬ੍ਰੰਚ ਕਰਨਾ ਵਿਦ ਨਿੰਬੂ ਅਚਾਰ, ਵਿਦ ਮੈਂਗੋ ਅਚਾਰ, ਦਹੀਂ ਅਤੇ ਫਰੈਸ਼ ਘਰ ਦਾ ਕੱਢਿਆ ਹੋਇਆ ਮੱਖਣ। ਅਤੇ ਲਓ ਜੀ ਅਗਲੀ ਆਪਾਂ ਵੀ ਕਰਦੇ ਹਾਂ ਸੁਰਜੀਤ ਸਿੰਘ ਦੀਆਂ ਮੱਝਾਂ। ਯਾ ਮੱਖਣ ਨਾਲ ਤਾਂ ਗੱਲ ਹੀ ਹੋਰ ਹੋ ਜਾਂਦੀ ਹੈ ਨਹੀਂ? ਬਿਲਕੁਲ। ਤੇ ਬਾਹਰਲਾ ਮੱਖਣ ਖਾਂਦੇ ਆ ਡਰ ਕਿੰਨਾ ਲੱਗਦਾ, ਬੇਸ਼ੱਕ ਉਹ ਵਾਈਟ ਹੁੰਦਾ ਪਰ ਫਿਰ ਵੀ ਮੈਨੂੰ ਪਤਾ ਨਹੀਂ ਕਿਉਂ ਐ ਲੱਗਦਾ ਢਾਬੇ ਦੇ ਨਾ। ਤੇ ਇਹ ਜਿਹੜਾ ਨਾ ਇਹ ਤੇ ਕਮਾਲ ਦੀ ਚੀਜ਼ ਹੁੰਦੀ ਹੈ। ਲਓ ਜੀ ਮੈਨੂੰ ਤਾਂ ਦਹੀਂ ਇੱਥੇ ਹੀ ਅੱਛੀ ਲੱਗਦੀ ਹੈ, ਤਾਂ ਹੀ ਤੇ ਮੈਂ ਅੱਜ ਵੱਡੀਆਂ ਵੱਡੀਆਂ ਪਲੇਟਾਂ ਲਈਆਂ ਵੀ ਦਹੀਂ ਜਿਹੜੀ ਹੈ ਉਹ ਇੱਥੇ ਖਾਵਾਂਗੇ। ਤੇ ਲੈਟ ਮੀ ਸੀ ਐਂਡ ਚੈੱਕ ਵਟ ਆਈ ਵਾਂਟ ਟੂ ਡੂ, ਹੋਇਆ ਕਿ ਨਹੀਂ ਹੋਇਆ। ਵਾਹ ਹੋ ਗਿਆ, ਐਂ ਵਧੀਆ ਬਣ। ਰੀਅਲੀ ਗੁੱਡ, ਰੀਅਲੀ ਗੁੱਡ। ਕੋਈ ਘੀ ਨਹੀਂ ਲਗਾਇਆ ਉੱਤੇ, ਆਪਾਂ ਮੱਖਣ ਲਗਾ ਰਹੇ ਹਾਂ। ਔਰ ਤੰਦੂਰ ਹੈ ਨਹੀਂ ਸੀ, ਬਿਲਕੁਲ ਤੰਦੂਰ ਦੇ ਵਰਗਾ ਬਣਿਆ, ਮੂੰਹ ਚ ਫੁੱਟਦੇ ਜਾਂਦੇ ਕਿਉਂਕਿ ਆਪਾਂ ਇਹਦੇ ਵਿੱਚ ਨਾ ਸਟੱਫ ਬਹੁਤ ਕੀਤਾ ਆ। ਠੀਕ ਹੈ ਨਾ, ਜਿਹੜੇ ਬਾਹਰੋਂ ਤੁਹਾਨੂੰ ਮੈਂ ਦੱਸਦੀ ਪਈ ਸੀ ਰੈਸਟ ਹਾਊਸ ਵਿੱਚੋਂ ਇੰਨੇ ਇੰਨੇ ਆਲੂ ਲਗਾਉਣਗੇ, ਬੇਸ਼ੱਕ ਆਟਾ ਬਹੁਤਾ ਲਾ ਦੇਣਗੇ, ਆਪਾਂ ਕੀ ਕਰਦੇ ਹਾਂ ਆਟਾ ਘੱਟ ਅਤੇ ਆਲੂ ਜਾਂ ਸਟੱਫ ਕੋਈ ਵੀ ਜ਼ਿਆਦਾ, ਉਹਦੇ ਨਾਲ ਪਰੌਂਠੇ ਦਾ ਮਜ਼ਾ ਹੋਰ ਹੀ ਹੁੰਦਾ। ਦਿਲ ਤਾਂ ਕਰਦਾ ਵੀ ਦੋ ਚਾਰ ਖਾ ਲਾਂ ਪਰ ਇੱਕੋ ਹੀ ਖਾਵਾਂਗੀ। ਚਲੋ ਜੀ ਲੈਟਸ ਸਟਾਰਟ, ਆਪਾਂ ਦੋ ਖਾਵਾਂਗੇ। ਤੁਸੀਂ ਤਾਂ ਤੁਹਾਡੇ ਮੈਂ ਬਣਾਏ ਵੀ ਕੋਈ। ਹਾਂ ਥੈਂਕ ਯੂ।